ਬਾਹਰ ਆ ਜਾਓ, 1.25 ਲੱਖ ਸੇ ਇੱਕ ਲੜਾਊਂ ਅਤੇ ਮੈਂ ਉਹਨਾਂ 'ਚੋਂ ਹੈ ਅਤੇ ਤੁਹਾਨੂੰ ਸਾਰਿਆਂ ਨੂੰ ਮੈਂ ਠੋਕ ਦੂੰਗਾ। ਮੈਂ ਕਿਹਾ ਬਾਹਰ ਆਓ। ਪਾਰਲੀਮੈਂਟ ਦੇ ਜਿਹੜੇ ਮੁੱਦੇ ਆ, ਜਿਹੜੇ ਸਿੱਖਾਂ ਨੂੰ ਬਾਹਰ ਮਰਵਾਇਆ ਗਿਆ, ਇਹ ਤਾਂ ਮੈਂ ਬੋਲ ਚੁੱਕਿਆ, ਤੁਹਾਨੂੰ ਪਤਾ ਹੋਊਗਾ। ਹਾਂ, ਫਿਰ ਉਹਦੇ ਲਈ ਘੱਟੋ ਘੱਟ ਸਰਕਾਰ ਦੇ ਵਿੱਚ 500 ਤੋਂ 250-300 ਤੋਂ ਉੱਤੇ ਜਾ ਕੇ ਮੈਂਬਰਾਂ ਦੀ ਲੋੜ ਹੈ। ਆਪਣੇ ਮੈਂਬਰ ਕੁੱਲ 15 ਹੋਣਗੇ, ਸ਼੍ਰੋਮਣੀ ਅਕਾਲੀ ਦਲ ਕਿਵੇਂ ਲੜੂਗਾ ਉਹਨਾਂ ਦੇ ਲੜਾਈ? 1.25 ਲੱਖ ਸੇ ਇੱਕ ਲੜਾਊਂ ਤਭੀ ਗੋਬਿੰਦ ਸਿੰਘ ਨਾਮ ਕਵਾਊਂ। ਤੁਹਾਨੂੰ ਆਪਣੇ ਮਜ਼ਹਬ ਦੇ ਬਾਰੇ ਅਜੇ ਪਤਾ ਨਹੀਂ ਹੈ। 543 MLAs ਉੱਥੇ ਸੀਗੇ ਜਦੋਂ ਮੈਂ ਗੱਲਾਂ ਕੀਤੀਆਂ ਅਤੇ ਉਹਨਾਂ ਰੌਲਾ ਪਾਇਆ ਅਤੇ ਆਹੀ ਮੈਂ ਮਹਾਰਾਜ ਦਾ ਕਿਹਾ ਉਹਨਾਂ ਨੂੰ ਕਿ ਬਾਹਰ ਆ ਜਾਓ, 1.25 ਲੱਖ ਸੇ ਇੱਕ ਲੜਾਊਂ ਅਤੇ ਮੈਂ ਉਹਨਾਂ 'ਚੋਂ ਹੈ ਅਤੇ ਤੁਹਾਨੂੰ ਸਾਰਿਆਂ ਨੂੰ ਮੈਂ ਠੋਕ ਦੂੰਗਾ। ਮੈਂ ਕਿਹਾ ਬਾਹਰ ਆਓ। ਐਂ ਬੁਜ਼ਦਿਲੀ ਨਹੀਂ ਕਰੀਦੀ ਹੁੰਦੀ। ਇੱਕ ਬੰਦਾ ਹੀ ਪਾਰ ਕਰਕੇ ਪੁਲ ਫਤਿਹ ਕਰ ਲੈਂਦਾ ਹੁੰਦਾ। ਇਹ ਨਹੀਂ ਜ਼ਰੂਰੀ ਕਿ ਜ਼ਿਆਦਾ ਇਕੱਠ ਲੈ ਜਾਈਏ। ਹੁਣ ਸਾਰੇ ਮੈਂਬਰ ਹਰਿਆਣੇ ਦੇ ਵਿੱਚ 2 ਖੜ੍ਹੇ ਆਪਣੇ, 10 ਪੰਜਾਬ 'ਚ ਖੜ੍ਹ ਗਏ ਹੈ, 3 ਹੋਰ ਖੜ੍ਹੇ ਕਰ ਰਹੇ ਹੈ। ਸਾਰੇ ਅਸੀਂ ਅਪੀਲ ਕਰਦੇ ਹਾਂ ਲੋਕਾਂ ਨੂੰ ਕਿ ਐਤਕੀ ਅਕਾਲੀ ਦਲ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਵਿੱਚ ਭੇਜੋ ਅਤੇ ਉੱਥੇ ਦੇਖੋ ਕਿ ਪੰਜਾਬ ਦੀ ਕਿਵੇਂ ਉੱਥੇ ਰਿਪ੍ਰੈਜੈਂਟੇਸ਼ਨ ਹੁੰਦੀ ਹੈ। ਮਾਨ ਸਾਹਿਬ, ਤੁਹਾਡੀ ਸ਼ਖਸੀਅਤ ਬਾਰੇ ਬੋਲਣ ਵਾਸਤੇ ਕੁਛ ਨਹੀਂ ਹੈਗਾ ਵਿਰੋਧੀਆਂ ਕੋਲ, ਸਿਰਫ ਇੱਕੋ ਗੱਲ ਕਹਿੰਦੇ ਆ ਵੀ 2-3 ਵਾਰ ਜਿਤਾ ਕੇ ਪਹਿਲਾਂ ਵੀ ਭੇਜਤਾ ਵੀ ਮਾਨ ਸਾਹਿਬ ਨੇ ਕੋਈ ਮੁੱਦਾ ਨਹੀਂ ਚੁੱਕਿਆ, ਕੋਈ ਕੰਮ ਨਹੀਂ ਕਰਵਾਇਆ ਹਲਕੇ ਦੇ ਵਿੱਚ। ਇਹ ਗੱਲਾਂ ਕਰਦੇ ਆ ਵਿਰੋਧੀ ਉਮੀਦਵਾਰ ਆ ਜਿਹੜੇ। ਸਰ ਸਾਹਿਬ, ਦੇਖੋ, ਇਹ 350 ਕਰੋੜ ਤਾਂ ਮੈਂ ਲੈ ਕੇ ਆਉਂਦਾ ਕਿ ਸਾਲ 1.5 ਸਾਲ ਦੇ ਵਿੱਚ ਸਾਰੀਆਂ ਬਿਜਲੀ ਦੀਆਂ ਤਾਰਾਂ ਜਿਹੜੀਆਂ ਘਰਾਂ ਦੇ ਉੱਤੋਂ ਦੀ ਜਾਂਦੀਆਂ ਉਹ ਥੱਲੇ ਆ ਜਾਣਗੀਆਂ। ਕਿਸੇ ਦੇ ਕਰੰਟ ਇਹ ਫਲੈਕਚੁਏਟ ਨਹੀਂ ਹੋਊਗਾ, ਕਿਸੇ ਦੀ ਮੋਟਰ ਨਹੀਂ ਸੜੂਗੀ। ਅਤੇ 56 ਕਰੋੜ ਰੁਪਈਏ ਦੇ ਨਾਲ ਮੈਂ ਸਾਰੀਆਂ ਟੋਪ ਫੈਸਿਲਿਟੀਜ਼ ਦਾ ਹੋਸਪਿਟਲ ਲੈ ਕੇ ਆਇਆ ਬਰਨਾਲੇ ਦੇ ਵਿੱਚ, ਜਿੱਥੇ ਕਿਸੇ ਨੂੰ ਵੀ ਲੋੜ ਪਊਗੀ ਕਿ ਉਹਦਾ ਇਲਾਜ, ਜੇ ਕਿਸੇ ਹੋਸਪਿਟਲ ਹਰਿਆਣੇ, ਰਾਜਸਥਾਨ, ਪੰਜਾਬ ਦੇ ਵਿੱਚ ਨਹੀਂ ਹੁੰਦਾ, ਉਹ ਉੱਥੇ ਬਰਨਾਲੇ ਦੇ ਵਿੱਚ ਹੋਊਗਾ। ਇਕੱਲਾ ਮੈਂਬਰਾਂ ਇਹ ਕਹਿੰਦੇ ਹੈ ਉਹ ਕੀ ਕਰ ਲੂਗਾ, ਇਹ ਛੋਟੀ ਗੱਲਾਂ ਨਹੀਂ ਕੀਤੀਆਂ। ਸਾਰੀਆਂ ਤੁਹਾਡੀਆਂ ਸੜਕਾਂ ਮੈਂ ਬਣਵਾਤੀਆਂ ਜਿਹੜੀਆਂ ਕੱਚੀਆਂ ਸੀਗੀਆਂ। ਕੋਈ ਵੀ ਕੈਂਸਰ ਦਾ ਮਰੀਜ਼ ਆਪਣੇ ਨਾ ਇੱਥੇ ਸੰਗਰੂਰ ਦੇ ਵਿੱਚ ਹੈਗਾ, ਨਾ ਇਹ ਬਰਨਾਲੇ ਦੇ ਵਿੱਚ ਹੈਗਾ, ਨਾ ਮਲੇਰਕੋਟਲੇ 'ਚ ਹੈ, ਜਿਹਨੂੰ ਕੈਂਸਰ ਦੀ ਬਿਮਾਰੀ ਹੋਏ ਅਤੇ ਜਿਹਨੂੰ 3.5 ਲੱਖ ਰੁਪਈਆ ਅਸੀਂ ਨਾ ਦਿੱਤਾ ਹੋਏ ਉਹਦੇ ਇਲਾਜ ਦੇ ਲਈ। ਸੋ ਮੇਰਾ ਮਤਲਬ ਇਕੱਲੇ ਕੁੱਲੇ ਦੀ ਗੱਲ ਨਾ ਕਰੋ, 1.25 ਲੱਖ ਸੇ ਇੱਕ ਲੜਾਊਂ ਤਭੀ ਗੋਬਿੰਦ ਸਿੰਘ, ਉਹ ਵੀ ਇਸ ਤਰ੍ਹਾਂ ਹੀ ਲੜੇ ਸੀਗੇ ਅਤੇ ਅੱਜ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ। ਐਂ ਨਾ ਸਮਝੋ ਕਿ ਇਹ ਇਕੱਲਾ ਬੰਦਾ ਕਰ ਨਹੀਂ ਸਕਦਾ, ਅਤੇ ਤੂੰ ਜੇ ਮੈਂ ਨਹੀਂ ਕੀਤਾ ਬਾਕੀਆਂ ਦੇ ਨੇ ਕੀ ਕੀਤਾ। ਅੱਜ ਇਹ ਇਹਨਾਂ ਨੇ ਪ੍ਰੋਮਿਸ ਕੀਤਾ ਸੀਗਾ ਘਰ ਘਰ ਨੌਕਰੀ ਅਤੇ 1,000 ਰੁਪਈਆ ਹਰੇਕ ਬੀਬੀ ਦੇ ਅਕਾਊਂਟ 'ਚ ਦੇਵਾਂਗੇ। ਦੂਜਿਆਂ ਨੇ ਕੀ ਕੀਤਾ ਹੈਗਾ? ਮੈਂ ਤਾਂ ਕੁਛ ਕਰਕੇ ਦਿਖਾਤਾ ਤੁਹਾਨੂੰ, ਜਿਹੜਾ ਤੁਸੀਂ ਮੰਨੋ ਨਾ ਮੰਨੋ, ਰਿਕਾਰਡ ਜਾ ਕੇ DC ਦਫ਼ਤਰਾਂ 'ਚ ਦੇਖ ਲਓ ਕਿ ਇਹ ਬੋਲਦੇ ਹੈਗੇ ਰਿਕਾਰਡ।